वाहेगुरु जी। सतगुरु परमात्मा हेलो। श्री बोधराज अरोड़ा म्यूजिक अकैडमी लुधियाना ਅਤੇ ਕੁਤਬਾ ਮਿਊਜ਼ਿਕ ਚੈਨਲ ਵੱਲੋਂ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਸੰਗੀਤ ਪ੍ਰੇਮੀ ਅਤੇ ਸੰਗੀਤ ਦੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ। ਅੱਜ ਆਪਾਂ ਪਹੁੰਚੇ ਹਾਂ ਸਮੇਂ ਦੇ ਮਸ਼ਹੂਰ ਗੀਤਕਾਰ ਸਰਦਾਰ ਚਤਰ ਸਿੰਘ ਜੀ ਪਰਵਾਨਾ ਹੋਰਾਂ ਪਾਸ, ਠੀਕ ਹੈ, ਜਿਨ੍ਹਾਂ ਦਾ ਸੰਗੀਤ ਗੀਤ ਸੁਣ ਕਰਕੇ ਅਸੀਂ ਵੱਡੇ ਹੋਏ ਅਤੇ ਬਜ਼ੁਰਗੀ ਵਿੱਚ ਵੀ ਅਸੀਂ ਪੈਰ ਪਾ ਲਿਆ ਅਤੇ ਸਾਨੂੰ ਹੁਣ ਪਤਾ ਲੱਗਣ ਲੱਗਿਆ ਕਿ ਵੀ ਗੀਤ ਕੀ ਹੁੰਦਾ, ਸੰਗੀਤ ਕੀ ਹੁੰਦਾ ਅਤੇ ਉਹਦੇ ਵਿਚਲੀਆਂ ਕਹਾਣੀਆਂ ਕੀ ਹੁੰਦੀਆਂ ਨੇ। ਸੋ ਸਭ ਤੋਂ ਪਹਿਲਾਂ ਪਰਵਾਨਾ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ। ਅੱਛਾ ਜੀ, ਇੱਥੋਂ ਲਿਖਣ ਦਾ ਸ਼ੌਂਕ ਜਿਹੜਾ ਸੀ ਜਨਮ ਬਾਰੇ, ਵਿੱਦਿਆ ਬਾਰੇ, ਉਸ ਵੇਲੇ ਦਸਵੀਂ ਦੀ ਵਿੱਦਿਆ ਵੀ ਇੱਕ ਉੱਚੀ ਵਿੱਦਿਆ ਸੀਗੀ, ਥੋੜ੍ਹੀ ਵਿੱਦਿਆ ਨਹੀਂ ਸੀ, ਠੀਕ ਹੈ, ਕਿਉਂਕਿ ਅੱਠ ਕੁ ਪੜ੍ਹਿਆ ਬੰਦਾ ਤਾਂ ਥਾਣੇਦਾਰ ਮੇਰਖਾ ਲੱਗ ਜਾਂਦਾ ਸੀ, ਹੈਨਾ ਜੀ। ਉਹ ਸਮਾਂ ਸੀ, ਉਹ ਸਮਾਂ ਸੀ, ਇਹ ਵੱਡੀ ਵਿੱਦਿਆ ਸੀ। ਦਸਵੀਂ ਕਰੀ ਜੀ, ਗੀਤਕਾਰੀ ਦਾ ਸ਼ੌਂਕ ਕਿਵੇਂ ਪਿਆ ਤੁਹਾਨੂੰ? ਗੀਤਕਾਰੀ ਦਾ ਉਦੋਂ ਬਾਅਦ ਗਿਆਨੀ ਵੀ ਕੀਤੀ, ਚਲੋ ਗੀਤਕਾਰੀ ਦਾ ਸ਼ੌਂਕ ਇੱਦਾਂ ਪਿਆ। ਅੱਛਾ, ਗਿਆਨੀ ਨਾਲ ਵੀ ਹੁੰਦਾ ਸੀ ਜੀ, ਉਹਨੂੰ ਫਿਰ ਪੰਜਾਬੀ ਦੇ ਟੀਚਰ ਦੀ ਸਕੂਲਾਂ ਵਿੱਚ ਜੋਬ ਮਿਲ ਜਾਂਦੀ ਸੀ ਗਿਆਨੀ ਕਰੇ ਤੇ, ਹੈਨਾ। ਇਹ ਗਿਆਨੀ ਕਰਿਆ ਹੈ ਬੰਦੇ ਦੀ ਇੱਕ ਹੋਰ ਵੀ ਸੰਗੀਤ ਦੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹਾਂ ਵੀ ਜੇ ਕਿਸੇ ਨੇ BA ਕਰਨੀ ਹੁੰਦੀ ਸੀ ਉਹਨੂੰ 3 ਸਾਲ ਲੱਗਦੇ ਸੀ, ਜੇ 1 ਸਾਲ ਕਰਕੇ ਗਿਆਨੀ ਕਰ ਲਏ ਤਾਂ ਉਹ ਫਾਈਨਲ ਦੇ ਪੇਪਰ ਦੇ ਕੇ 2 ਸਾਲਾਂ 'ਚ BA ਵੀ ਕਰ ਜਾਂਦਾ ਸੀ ਅਤੇ ਗਿਆਨੀ ਵੀ ਕਰ ਜਾਂਦਾ ਸੀ, ਹੈਨਾ ਜੀ। ਠੀਕ, ਇਸ ਤਰ੍ਹਾਂ ਸੀ ਨਾ, ਠੀਕ ਹੈ। ਇਹਨਾਂ ਨੇ ਜੀ ਗਿਆਨੀ ਵੀ ਕਰੀ ਅਤੇ ਉਸ ਸਮੇਂ ਮੈਟ੍ਰਿਕ ਵੀ ਕੀਤੀ, ਫਿਰ ਤੁਹਾਨੂੰ ਇਹ ਜਿਹੜੀ ਗਾਣੇ ਲਿਖਣ ਦੀ ਚੇਟਕ ਆ ਇਹ ਕਿਸ ਤਰ੍ਹਾਂ ਪੈਦਾ ਹੁੰਦੀ ਹੈ ਜੀ? ਇਹ ਖੰਨੇ ਦੇ ਵਿੱਚ ਇੱਕ ਗਾਉਣ ਵਾਲੇ ਹੁੰਦੇ ਸੀਗੇ ਹਸਨਪੁਰੀ ਦਾ, ਉਹਨੇ ਗੀਤ ਗਾਇਆ ਸੀਗਾ ਸ਼ਾਦੀ ਅਤੇ ਬਖਸ਼ੀ, ਇੱਥੇ ਹੁੰਦੇ ਸੀ। ਯਮਰਾ ਜੀ ਦੇ ਨਾਲ ਸੰਗਤ ਹੋਈ, ਚਾਂਦੀ ਰਾਮ ਦੇ ਨਾਲ ਵੀ ਸ਼ਾਂਤ ਸੰਗਤ ਹੋਈ, ਭੰਵਰ ਸਾਹਿਬ ਦੇ ਨਾਲ ਸੰਗਤ ਹੋਈ। ਉਹ ਤਾਂ ਹੋਈ, ਮੇਰੀ ਭੈਣ ਜੀ ਰਾਮਗੜੀਆ ਸਕੂਲ ਦੀ ਟੀਚਰ ਸੀ, ਅਤੇ ਭੈਣ ਜੀ ਤੁਹਾਡੇ ਹੁਣ ਹੈਗੇ ਨੇ? ਨਹੀਂ। ਅੱਛਾ, ਉਹ ਧਾਰੀਵਾਲ ਸਾਹਿਬ ਬਹੁਤ ਦੁੱਖ ਹੁੰਦਾ ਹੈ, ਜੀਜਾ ਜੀ ਹੈਗੇ ਉਹ ਐਕਸੀਜਨ ਬਿਜਲੀ ਬੋਰਡ ਲੁਧਿਆਣੇ ਦੁੱਗਰੀ ਇਸ ਟਾਈਮ ਨੇ ਰਿਟਾਇਰ ਨੇ। ਠੀਕ ਹੈ। ਅੱਛਾ, ਭੈਣ ਜੀ ਜਾਣੀ ਕਹਿ ਸਕਦੇ ਆਪਾਂ ਵੀ ਜਿਹੜਾ ਪਰਿਵਾਰ ਤੁਹਾਡਾ ਸਾਰਾ ਪਿੱਛੇ ਆਉਂਦਾ ਉਹ ਵੈੱਲ ਐਜੂਕੇਟਡ ਆਉਂਦਾ, ਤੁਸੀਂ ਮੂਲ ਤੌਰ 'ਤੇ ਇੱਥੋਂ ਹੀ ਸੀ ਜਾਂ ਪਾਕਿਸਤਾਨ ਤੋਂ ਆਏ ਜੀ? ਪਾਕਿਸਤਾਨ। ਅਤੇ ਉਹ ਉੱਥੇ ਤੁਸੀਂ ਥੋੜ੍ਹਾ ਪਿਛਲਾ ਉੱਥੇ ਦਾ ਕਿਹੜਾ ਪਿੰਡ ਆ ਜੀ? ਹਾਂ, ਉਹ ਸੀਗਾ ਜੀ ਲੈਲਪੁਰ ਜ਼ਿਲ੍ਹਾ। ਠੀਕ ਹੈ। 94 ਚੱਕ 94 ਚੱਕ ਦਾ ਕੋਈ ਨਾਮ ਨਹੀਂ ਸੀਗਾ ਜੀ? ਉਹ ਚੱਕ ਸੀਗੇ ਦੇ ਨਾਲ ਅੰਨਾ ਪੱਕਾ ਗੋਜਰਾ, ਤਹਿਸੀਲ ਟੋਭਾ ਟੇਕ ਸਿੰਘ। ਹੋਰ ਚੱਕ ਸੀਗੇ, ਉਹ ਚੱਕ ਸਾਰੇ ਇੱਥੇ ਗਿੱਲੀਆਂ ਆਏ ਬੈਠੇ ਆ। ਅੱਛਾ ਜੀ। ਉਹਨਾਂ ਦੇ ਜੱਟ ਇੱਥੇ ਹੁਣ ਰਹਿੰਦੇ। ਥੋੜ੍ਹਾ ਉੱਥੇ ਜਨਮ, ਫਿਰ ਉੱਥੇ ਥੋੜ੍ਹਾ ਕਿਹੜੇ ਸਾਲ ਦਾ ਜਨਮ ਆ ਜੀ? 1941 ਆ। 41 ਜਾਣੀ ਤੁਸੀਂ 6-7 ਸਾਲਾਂ ਦੇ ਸੀਗੇ ਜੀ ਉਦੋਂ? ਹਾਂਜੀ ਹਾਂਜੀ, ਹੈ ਨਾ, ਜਦੋਂ ਆਏ ਹੋ ਇੱਧਰ। ਹਾਂ ਹਾਂ। ਅਤੇ ਉਦੋਂ ਤੁਹਾਨੂੰ ਸੁਰਤਾ ਜੀ ਉੱਥੋਂ ਦੀ? ਸੁਰਤ ਹੋਈ ਹੈ। ਕੋਈ ਉੱਥੋਂ ਦਾ ਤੁਹਾਨੂੰ ਜਿਹੜਾ ਬੱਚਾ ਕੋਈ ਮੁਸਲਮਾਨਾਂ ਦਾ ਹੋ ਗਿਆ ਜਾਂ ਕਿਸੇ ਹੋਰ ਕਮਿਊਨਿਟੀ ਦਾ ਕੋਈ ਯਾਦ ਹੈਗਾ ਜੀ ਵੀ ਕੋਈ ਜਿਹੜਾ ਖੇਡਣ ਵੇਲੇ ਕੋਈ ਨਾਂ ਕਿਸੇ ਦਾ? ਉੱਥੇ ਸੰਪਰਕ ਸੀਗਾ, ਸੰਪਰਕ ਬਾਪ ਦਾ ਨਾਮ ਵੀ ਪਤਾ ਹੈ, ਮਾਂ ਦਾ ਪਤਾ ਹੈ, ਅਤੇ ਭੈਣ ਜੀ ਗੁਜ਼ਰ ਗਏ, ਬਹੁਤ ਔਖੇ ਗੁਜ਼ਰੇ ਆ ਹਸਪਤਾਲ ਦੇ ਵਿੱਚ, ਯਾਨੀ ਕਿ ਉੱਥੇ ਉਹ ਸੰਪਰਕ ਜ਼ਰੂਰ ਸੀ ਪਰ ਲੇਕਿਨ ਉਹ ਨਾਂ ਹੁਣ ਘੱਟ ਯਾਦ ਨੇ। ਯਾਦ ਨਹੀਂ ਰਹਿੰਦੇ? ਹਾਂ, ਯਾਦ ਨਹੀਂ ਹੈ। ਤੁਹਾਡੇ ਜਿਹੜਾ ਉੱਥੇ ਘਰ ਸੀ ਆਪਣੇ 94 ਚੱਕ ਜੀ? 94 ਚੱਕ ਦੇ ਵਿੱਚ? ਠੀਕ ਹੈ ਜੀ। ਤੁਹਾਡੇ ਆਲੇ ਦੁਆਲੇ ਪਿੰਡ ਕਿਹਾ ਜਾ ਸੀਗਾ ਜੀ? ਪਿੰਡ ਵਧੀਆ ਸੀਗਾ, ਬਹੁਤ ਵੱਡਾ ਪਿੰਡ ਸੀਗਾ। ਸਿੱਖਾਂ ਦੀ ਆਬਾਦੀ ਕਿੰਨੀ ਕੁ ਸੀ? ਸਿੱਖਾਂ ਦੀ ਆਬਾਦੀ ਬਹੁਤ ਸੀਗੀ ਅਤੇ ਵਿੱਚ ਮਿਕਸ ਸੀਗਾ। ਮੁਸਲਮਾਨਾਂ ਦੀ ਆਬਾਦੀ ਵੀ ਸੀਗੀ? ਥੋੜ੍ਹੀ ਸੀ, ਥੋੜ੍ਹੀ ਸੀ। ਹਾਂ, ਜਦੋਂ ਅਸੀਂ ਉੱਥੋਂ ਨਿਕਲੇ ਹਾਂ ਉਸ ਤੋਂ ਬਾਅਦ ਫਿਰ ਉੱਥੇ ਮੁਸਲਮਾਨ ਵੜ ਗਏ ਅਤੇ ਅਸੀਂ ਬਾਇਆ ਅੰਮ੍ਰਿਤਸਰ, ਲਾਹੌਰ ਅੰਮ੍ਰਿਤਸਰ, ਲਾਹੌਰ ਅੰਮ੍ਰਿਤਸਰ, ਫਿਰ ਗਿੱਲੀ ਆ ਗਏ। ਗਿੱਲੀ ਮਕਾਨ ਪਿਆ ਸੀਗਾ ਸਾਡੇ ਬਾਪੂ ਜੀ ਦਾ ਪੁਰਾਣਾ, ਜੱਦੀ ਇੱਥੇ ਆ ਕੇ ਠਹਿਰੇ ਅਤੇ ਇੱਥੇ ਠਹਿਰਨ ਤੋਂ ਬਾਅਦ
ਮੇਰੀ ਭੈਣ ਸੀ, ਮੈਂ ਕਿਹਾ ਅਸੀਂ ਦੋਨੇ ਬੱਚੇ ਸੀ ਉਹਨਾਂ ਦੇ, ਇੱਥੇ ਦੀਵਾਲੀ ਦੀ ਰਾਤ ਸੀ, ਇੱਥੇ ਇੱਥੇ ਜੱਟ ਉਦੋਂ ਲੜਦੇ ਬਹੁਤ ਹੁੰਦੇ ਸੀਗੇ। ਅੱਛਾ, ਹੁਣ ਨਹੀਂ ਲੜਦੇ ਹੁਣ ਮੈਂ। ਅੱਛਾ ਜੀ। ਉਸ ਮਕਾਨ ਦੇ ਵਿੱਚ ਰਾਤ ਨੂੰ ਕਦੇ ਇੱਟਾਂ ਵੱਜ ਗਈਆਂ, ਇਹਨਾਂ ਨੇ ਘਰਦਿਆਂ ਨੇ ਦੁੱਖ ਮੰਨਿਆ, ਅਤੇ ਖਾਨਪੁਰ ਸਾਨੂੰ ਜਗ੍ਹਾ ਮਿਲ ਗਈ ਪਾਕਿਸਤਾਨ ਦੀ ਬਦੌਲਤ। ਉੱਥੋਂ ਦੀ ਪਾਕਿਸਤਾਨ ਦੀ ਬਦੌਲਤ ਇੱਧਰ ਅਸੀਂ ਪਹੁੰਚ ਗਏ। ਖਾਨਪੁਰ ਮਕਾਨ ਬਹੁਤ ਖੁੱਲ੍ਹਾ ਮਿਲ ਗਿਆ ਸੀਗਾ, ਉੱਥੇ ਰਹੇ। ਅੱਛਾ, ਜੇ ਤੁਹਾਨੂੰ ਕੋਈ 94 ਚੱਕ ਤੋਂ ਕੋਈ ਜਿਹੜਾ ਵੀਰ ਭਾਈ ਸੁਣਦਾ ਹੋਵੇ ਪਾਕਿਸਤਾਨ ਜੀ, ਉਹ ਜੇ ਤੁਹਾਡੇ ਨਾਲ ਗੱਲ ਕਰਨੀ ਚਾਹੁਣ ਤਾਂ ਫਿਰ ਤੁਸੀਂ ਗੱਲ ਕਰ ਲਓਗੇ ਉਹਨਾਂ ਨਾਲ? ਦੱਸ ਸਕਦੇ ਹਾਂ, ਹੈ ਨਾ ਜੀ। ਹਾਂ, ਕੋਈ ਐਜ਼ ਆ ਰਿਸਪੈਕਟਡ ਬੋਲਾਂਗੇ। ਹਾਂਜੀ, ਰਿਸਪੈਕਟ ਨਹੀਂ, ਸਾਰਿਆਂ ਨਾਲ ਮੇਰਾ ਸੰਪਰਕ ਆ ਜੀ, ਉੱਥੇ ਬਹੁਤ ਸਾਰੇ ਲੋਕਾਂ ਨਾਲ ਸੰਪਰਕ ਆ। ਜਦੋਂ ਮਰ ਬਹੁਤ ਇੱਜ਼ਤ ਮਾਣ ਕਰਦਾ, ਜਦੋਂ ਵੀ ਤੁਹਾਡਾ ਹੁਕਮ ਹੋਇਆ ਮੈਂ ਵਧੀਆ। 94 ਚੱਕ ਦੇ ਜਿਹੜੇ ਵਸਨੀਕ ਨੇ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਅਸੀਂ, ਜ਼ਿਲ੍ਹਾ ਲਾਇਲਪੁਰ, ਤਹਿਸੀਲ ਟੋਭਾ, ਟੇਕ ਸਿੰਘ, ਕਿ ਤੁਹਾਡੇ 94 ਚੱਕ ਦੇ ਨਿਵਾਸੀ ਇੱਥੇ ਦਾ ਜਨਮ ਹੈ, ਪੰਜਾਬ ਦੇ ਮਸ਼ਹੂਰ ਗੀਤਕਾਰ ਚਤਰ ਸਿੰਘ ਪਰਵਾਨਾ ਜੀ ਦਾ, ਜਿਨ੍ਹਾਂ ਦੇ ਸੈਂਕੜੇ ਹਜ਼ਾਰਾਂ ਗੀਤ ਰਿਕਾਰਡ ਹੋਏ ਅਤੇ ਉਹ ਬਨੇਰਿਆਂ 'ਤੇ ਵੱਜੇ, ਲੋਕਾਂ ਨੇ ਸੁਣੇ, ਅਤੇ ਵੈੱਲ ਐਜੂਕੇਟਡ ਜਿਹੜੇ ਕਿ ਉਸ ਜ਼ਮਾਨੇ ਦੇ ਪੜ੍ਹੇ ਲਿਖੇ ਕਹਿ ਸਕਦੇ ਹਾਂ। ਹਾਂਜੀ ਹਾਂਜੀ। ਅਤੇ ਜਦੋਂ ਤੁਸੀਂ ਜੀ ਫਿਰ ਇੱਥੇ, ਥੋੜ੍ਹਾ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਜੀ ਜਦੋਂ ਦੰਗੇ ਹੋਏ? ਰਾਜ ਬਹੁਤ ਬਚਾਇਆ ਪਰਮਾਤਮਾ ਨੇ। ਠੀਕ ਆ ਜੀ, ਬਹੁਤ ਬਚ ਕੇ। ਚਲੋ, ਮਾਲੀ ਨੁਕਸਾਨ ਤਾਂ ਹੋਣਾ ਹੀ ਆ, ਵੀ ਆਪਾਂ ਘਰ ਬਾਰ ਛੱਡਿਆ, ਸਾਰਾ ਕੁਛ ਛੁੱਟ ਜਾਂਦਾ, ਜਾਣੀ ਜਾਨੀ ਨੁਕਸਾਨ ਪੂਰਾ ਹੈ। ਉੱਥੋਂ ਮੱਝਾਂ ਮੱਝਾਂ ਦੇ ਸੀਗੀਆਂ ਦੋ ਤਿੰਨ, ਇੱਕ ਮੱਝ ਸਾਡੇ ਮਗਰ ਟਰੱਕ ਦੇ ਕੋਲ, ਟਰੱਕ ਦੇ ਮਗਰ ਭੱਜੀ ਆਉਂਦੀ ਸੀ, ਮੱਝਾਂ ਨੂੰ ਵੀ ਧਾਲੀਵਾਲ ਸਾਹਿਬ ਪਿਆਰ ਆਉਂਦਾ, ਉਹ ਮੁੜਦੀ ਨਹੀਂ ਸੀ। ਮੈਂ ਕਿਹਾ ਮੁੜਦੀ ਨਹੀਂ ਹੈ, ਜਦੋਂ ਫਿਰ ਉਹ ਥੱਕ ਗਈ ਫਿਰ ਉਹ ਮੁੜ ਗਈ, ਜਾਣੀ ਮੁੜੀ ਵੀ ਨਹੀਂ, ਸਾਕੇ ਸਮਝ ਲਓ ਪਾਸੇ ਹੋ ਗਈ ਹੋਣੀ, ਪਾਸੇ ਹੋ ਗਈ। ਅੱਛਾ ਜੀ, ਜਦੋਂ ਤੁਸੀਂ ਉੱਥੋਂ, ਤੁਹਾਨੂੰ ਇੰਨਾ ਮਾੜਾ ਮਾੜਾ ਯਾਦ ਆਉਂਦਾ ਜੀ, ਵੀ ਉੱਥੇ ਮਾਹੌਲ ਕਿਹੋ ਜਿਹਾ ਬਣਿਆ, ਵੀ ਜਦੋਂ ਇੱਥੋਂ ਜਾਣਾ ਪੈ ਜਾਣਾ, ਹੁਣ ਆਪਾਂ ਨੂੰ ਇੱਥੇ ਰਹਿਣਾ ਨਹੀਂ ਪੈਣਾ, ਕੁਛ ਪਤਾ ਲੱਗਦਾ ਜੀ ਕੁਛ? ਥੋੜ੍ਹੇ ਦਿਨ ਪਹਿਲਾਂ ਅਨਾਊਂਸ ਹੋਈ ਸੀ ਮਾੜੀ ਗੱਲ, ਐਨ ਮੌਕੇ ਉੱਤੇ ਕਹਿੰਦੇ ਚੱਕੋ ਸਮਾਨ, ਚੱਕੋ ਸਮਾਨ, ਸਾਰਾ ਸਮਾਨ ਟਰੱਕਾਂ ਟਰੱਕ ਵਿੱਚ ਜਿਹੜੇ ਲੱਦੇ ਆ ਅਤੇ ਤੁਰ ਪਏ। ਬਾਪ ਰਹਿ ਗਿਆ ਸੀ ਪਿੱਛੇ, ਮਾਂ ਅਤੇ ਭੈਣ ਨਾਲ ਸੀਗੇ, ਬਾਪ ਇਕੱਲਾ ਬਾਅਦ ਵਿੱਚ ਹੌਲੀ ਹੌਲੀ ਬਾਅਦ 'ਚ ਪਹੁੰਚਿਆ, ਹੌਲੀ ਹੌਲੀ ਬਚ ਬਚਾ ਕੇ। ਅੱਛਾ ਜੀ, ਜਾਣੀ ਜਾਨੀ ਨੁਕਸਾਨ ਨਹੀਂ ਹੋਇਆ, ਮਾਲੀ ਤਾਂ ਹੋਣਾ ਹੀ ਆ, ਜਦੋਂ ਪੱਕੇ ਤੋਂ ਵੀ ਜਾਵਾਂਗੇ, ਮਾਲੀ ਦਾ ਸਾਰਾ ਹੀ ਖਤਮ ਹੋ ਗਿਆ, ਸਾਰਾ ਖਤਮ ਹੋ ਜਾਂਦਾ ਨਾ। ਇਹ ਗੀਤਕਾਰੀ ਦੀ ਫਿਰ ਚਿੱਟ ਤੁਹਾਨੂੰ ਕਿਵੇਂ ਲੱਗੀ ਜੀ? ਲੰਘਦਾ ਨੀ ਝੱਟ ਮੇਰੀ ਹੁਣ ਕਿੱਲੀ ਦੱਬਦੇ, ਲੱਭਦੀ ਰਹੀ ਨਾ ਗੋਰੇ ਕਾਲੇ ਚੰਮ ਨੂੰ, ਜੋਰ ਰੱਖਿਆ ਰੱਖਿਆ ਕਵਾਰਾ ਪਾਪੀ ਕਿਹੜੇ ਕੰਮ ਨੂੰ। ਇਹ ਜਸਵੰਤ ਭਵਰਾ, ਹਾਂਜੀ, ਇਹ ਘੰਟਾ ਘਰ ਦੇ ਕੋਲ ਦਫ਼ਤਰ ਸੀਗਾ, ਨੈਸ਼ਨਲ ਮਿਊਜ਼ਿਕ ਕਾਲਜ ਸੀ, ਹੈ ਨਾ ਜੀ, ਉੱਥੇ ਨਾ ਚਵਾਰੇ 'ਚ ਉਹ ਸ਼ਿੰਦੇ ਦਾ ਉਸਤਾਦ ਵੀ ਉਹੀ ਸੀ। ਹਾਂਜੀ ਹਾਂਜੀ, ਸ਼ਿੰਦਰ ਸ਼ਿੰਦਾ ਜੀ ਦਾ ਉਸਤਾਦ ਵੀ ਉਹੀ ਸੀ। ਹਾਂਜੀ, ਮੈਂ ਰਜਿੰਦਰ ਰਾਜਨ ਕੁੜੀ ਮੇਰੀ ਭੈਣ ਜਿਹਦੀ ਕੋਲ ਪੜ੍ਹਦੀ ਸੀ ਰਾਮਗੜੀਆ ਸਕੂਲ 'ਚ, ਉੱਥੋਂ ਉਹ ਹਟ ਕੇ ਅੱਗੇ ਗਾਉਣ ਲੱਗ ਪਈ ਭੰਗੜਾ ਸਾਹਿਬ ਦੇ ਕੋਲ, ਉਹਦੀ ਸ਼ਿਕਾਇਤ ਬਣ ਗਈ, ਉਹਦੇ ਬਹਾਨੇ ਮੈਂ ਪਹੁੰਚ ਗਿਆ, ਉੱਥੋਂ ਮੇਰੀ ਰਿਕਾਰਡਿੰਗ ਸ਼ੁਰੂ ਹੋ ਗਈ। ਇਸ ਤੋਂ ਪਹਿਲਾਂ ਵੀ ਹੋਏ ਸੀਗੇ, ਪਹਿਲਾਂ ਵੀ 5-7-10 ਗੀਤ ਹੋਏ, ਪਰ ਉਹਨਾਂ ਨੂੰ ਆਪਾਂ ਛੱਡਦੇ ਹਾਂ, ਜਿਹੜੇ ਕਈ ਬਹੁਤ ਹੀ ਗੱਲ ਆ, ਉਹ HMB ਕੰਪਨੀ ਤੋਂ ਸ਼ੁਰੂ ਹੋਈ ਹੈ। HMB ਵੱਡੀ ਕੰਪਨੀ, ਵੱਡੀ ਬ੍ਰੇਕ ਮਿਲੀ ਹੈ, ਕੁੱਤੇ ਵਾਲੀ ਕੰਪਨੀ 'ਚ ਤਵੇ ਭਰਾਉਣ ਚੱਲੀ ਆ, ਉਹ ਮੇਰੀ ਆਪਣੀ ਆਵਾਜ਼ ਹੈ। ਧੰਨਵਾਦ ਸਾਹਿਬ। ਅਤੇ ਆਪਣੇ ਜਿਹੜਾ ਥੋੜ੍ਹਾ ਜਿਹਾ ਗੀਤ ਆਇਆ ਜੀ ਆਪਣੇ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ, ਇਹਦਾ ਮਿਊਜ਼ਿਕ ਕਿਹਦਾ ਸੀ? ਭੰਵਰਾ ਸਾਹਿਬ ਦਾ ਸੀ, ਪੰਨਾ ਲਾਲ ਦਾ ਸੀ ਮੇਰੇ, ਪੰਨਾ ਲਾਲ, ਪੰਨਾ ਲਾਲ ਜੀ ਦਾ ਸੀ, ਤੁਹਾਨੂੰ ਪਤਾ ਹੈ। ਹਾਂਜੀ ਹਾਂਜੀ, ਨੂਰਲਾ ਸਾਹਿਬ ਵੀ ਬਹੁਤ ਜ਼ਿਆਦਾ ਮਿਊਜ਼ਿਕ ਦਿੱਤਾ ਹੈ, ਪੰਨਾ ਲਾਲ, ਹੋਰ ਵੀ ਉੱਥੇ ਕਈ, ਉਹਨਾਂ ਦਾ ਜਿਹੜਾ ਮਿਊਜ਼ਿਕ ਆ ਪੰਨਾ ਲਾਲ ਜੀ ਦਾ, ਉਹ ਥੋੜ੍ਹਾ ਪੰਜਾਬੀ ਟੱਚ ਵਾਲਾ ਨਹੀਂ, ਥੋੜ੍ਹਾ ਵੈਸਟਰਨ ਟੱਚ ਦਾ ਹੁੰਦਾ ਸੀ, ਹੈ ਨਾ? ਬਹੁਤ ਵਧੀਆ ਫਿਲਮੀ ਟੱਚ ਦਾ ਮਿਊਜ਼ਿਕ ਬਣਾਉਂਦੇ ਸੀ, ਹੈ ਨਾ? ਇੱਕ ਹੋਰ ਸੀ ਉਹ ਕਿਹੜੇ, ਉਹ ਜਾ ਚਰਨਜੀਤ, ਉਹ ਜਾ ਚਰਨਜੀਤ, ਉਹ ਇਹ ਬਾਅਦ ਵਿੱਚ ਆ ਜਾਂਦੇ ਨੇ, ਬਾਅਦ 'ਚ ਆਏ, ਇਹ ਬਾਅਦ 'ਚ ਆਏ। ਅਤੇ ਜਦੋਂ ਤੁਸੀਂ ਗੀਤ ਲਿਖਣ ਲੱਗੇ ਅਤੇ ਤੁਹਾਨੂੰ ਗੀਤ ਪਹਿਲਾਂ ਕਿਹੜੇ ਗਵੱਈਏ ਦੇ ਗਾਏ ਗੀਤ ਤੁਹਾਨੂੰ ਪਸੰਦ ਸੀ, ਭਾਵੇਂ ਫਿਲਮੀ ਹੋਵੇ ਭਾਵੇਂ ਪੰਜਾਬੀ ਹੋਣ? ਮੈਂ ਨਰਿੰਦਰ ਜੀ ਬਹੁਤ ਵਧੀਆ ਸਮਝਦਾ ਸੀ, ਅਤੇ ਸਵਰ ਲਤਾ ਨੇ ਵੀ ਬਹੁਤ ਵਧੀਆ ਗਾਏ ਨੇ, ਸਿੰਦਰ ਕੌਰ ਦਿਲੀਵਾਲੇ ਨੇ ਵੀ ਵੱਟ ਖੜ ਉੱਤੇ ਫੜ ਕੇ ਉਹਨੇ ਵੀ ਗੀਤ ਹੋਰ ਬਹੁਤ ਕਰਾਏ ਆ, ਮੈਂ ਹੌਲੀ ਹੌਲੀ ਯਾਦ ਕਰ ਦੂੰਗਾ। ਹਰਚੰਨ ਗਰੇਵਾਲ ਨੇ ਤਾਂ ਬਹੁਤ, ਉਹ ਤਾਂ ਫਿਰ ਟੌਪ ਤੇ ਚਲੇ ਗਿਆ ਨਾ, ਬਹੁਤ ਲੰਬੀ ਲਿਸਟ ਉਹਨੇ ਮੇਰੀ ਗਾਤੀ ਹੈ। ਅੱਛਾ, ਜਿਹੜਾ ਜਿਹੜਾ ਹਰਚੰਨ ਗਰੇਵਾਲ ਦੇ ਗਾਣੇ ਜਦੋਂ ਆਉਂਦੇ ਨੇ, ਹਾਂਜੀ, ਉਦੋਂ ਤਾਂ ਫਿਰ ਤੁਹਾਡੀ ਰਿਐਲਿਟੀ ਬਹੁਤ ਆਉਂਦੀ ਹੋਣੀ ਆ ਉਸ ਜ਼ਮਾਨੇ 'ਚ? ਪਹਿਲਾਂ ਨਹੀਂ ਸੀ, ਜਦੋਂ ਮੈਨੂੰ ਕਿਸੇ ਬਹਾਨੇ ਜਾਣਾ ਪੈ ਗਿਆ, ਗੀਤਾਂ ਦਾ ਰੌਲਾ ਪੈ ਗਿਆ, ਉਦੋਂ ਸਵਰਨ ਦਵਾਨੇ ਕੇ ਲਗਾਤਾਰ ਅਤੇ ਕਿਸੇ ਦੇ ਰਮੇਸ਼ ਸਿੰਘ ਦੇ ਨਾਲ ਇੱਧਰੋਂ ਗਰੇਵਾਲ ਹਰਚੰਨ, ਉਹ ਕਹਿੰਦਾ ਇਹਨਾਂ ਗੀਤਾਂ ਨੂੰ ਅਸੀਂ ਗਾਇਆ, ਫਿਰ ਮੈਨੂੰ ਜਾਣਾ ਪੈ ਗਿਆ, ਉਹਦੇ ਕਰਕੇ ਮੇਰੀ ਰਿਐਲਿਟੀ ਹੋ ਗਈ, ਉੱਥੋਂ ਫਿਰ ਪੈਸਾ ਆਉਣਾ ਸ਼ੁਰੂ ਹੋ ਗਿਆ। ਰਿਐਲਿਟੀ ਸ਼ੁਰੂ ਹੋ ਗਈ, ਬਹੁਤ ਪੈਸਾ। ਕਿੰਨੇ ਪਰਸੈਂਟ ਮਿਲੇ, 2.5% ਕਿੰਨੀ ਸੀ? ਇਹ ਮੈਨੂੰ ਖਿਆਲ ਨਹੀਂ। ਅੱਛਾ, ਪੈਸਾ ਆਇਆ ਬਹੁਤ ਹੈ,
ਜਾਇਦਾਦ ਵੀ ਬਣੀ ਹੈ, ਸਭ ਕੁਛ ਬਣਦਾ ਹੀ ਗਿਆ ਬਣਦਾ ਹੀ ਗਿਆ। ਮੈਂ ਗਾਇਆ ਵੀ, ਮੈਂ ਨੱਚਿਆ ਵੀ, ਸਭ ਕੁਛ ਹੋਇਆ। ਅੱਛਾ, ਤੁਹਾਡੇ ਉਸਤਾਦ ਜੀ ਕੌਣ ਸੀ ਗੀਤਕਾਰੀ ਵਿੱਚ? ਉਹ ਇੱਕ ਕਵੀ ਸੀ ਵੈਸੇ, ਪਿਆਰਾ ਸਿੰਘ ਆਜ਼ਾਦ। ਪਿਆਰਾ ਸਿੰਘ ਆਜ਼ਾਦ ਸੀ ਕਵੀ, ਪੱਗ ਉਹਨੂੰ ਦਿੱਤੀ ਸੀ। ਉਸ ਤੋਂ ਬਾਅਦ ਜਦੋਂ ਮੇਰੀ ਅਰਥੀ ਵਾਲੇ, ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤੀ ਸੀ, ਬਈ ਕਹਿੰਦੇ ਤੈਨੂੰ ਸਫਰੀ ਸਾਹਿਬ ਨਹੀਂ, ਉਹ ਕਿਹੜੇ ਜਦੋਂ ਉਠਾ ਕੇ ਚੱਲਣਗੇ, ਆਸਾ ਸਿੰਘ ਮਸਤਾਨਾ। ਹਾਂਜੀ ਹਾਂਜੀ, ਉਹਨਾਂ ਨੇ ਆਸ਼ੀਰਵਾਦ ਦਿੱਤੀ ਸੀ ਗੁਰਦੁਆਰੇ ਸਾਹਮਣੇ ਵੀ ਤੁਹਾਡੀ ਦੁਨੀਆਂ ਉੱਤੇ ਝੰਡੀ ਰਹੂਗੀ। ਉਸ ਤੋਂ ਬਾਅਦ ਨਰੂਲਾ ਸਾਹਿਬ ਵੀ, ਉਹਨਾਂ ਦੇ ਨਾਲ ਮੇਰਾ ਸੰਪਰਕ ਬਹੁਤ ਰਿਹਾ। ਉਹਨਾਂ ਦੀ ਘਰਵਾਲੀ ਦੇ ਨਾਲ ਰਿਕਾਰਡਿੰਗ ਮੇਰੀ ਹੋਈ ਹੈ, ਉਹ ਨਰੂਲਾ ਸਾਹਿਬ ਨੇ ਖੁਦ ਮਿਊਜ਼ਿਕ ਵਜਾਇਆ। ਹਾਂ, ਮੋਹਣੀ ਨਰੂਲਾ ਜੀ ਉਹ ਵੀ ਗਾਉਂਦੇ ਸੀ, ਉਹ ਵੀ ਗੁਜ਼ਰ ਗਏ, ਨਰੂਲਾ ਸਾਹਿਬ ਵੀ ਗੁਜ਼ਰ ਗਏ। ਹੁਣ ਰਹਿ ਗਈ ਨਰੂਲਾ, ਉਹ ਜਸਪਿੰਦਰ, ਉਹਨਾਂ ਦੀ ਬੇਟੀ ਜਸਪਿੰਦਰ ਨਰੂਲਾ ਰਹਿ ਗਈ। ਹੁਣ ਉਹ ਡਾਕਟਰ ਜਸਪਿੰਦਰ ਨਰੂਲਾ ਨੇ ਜੀ, ਉਹਨਾਂ ਨੇ ਮਿਊਜ਼ਿਕ ਦੇ ਉੱਤੇ PhD ਕੀਤੀ ਆ। ਬਹੁਤ ਅੱਛਾ, ਵਾਹ, ਬੜਾ ਵੱਡਾ ਕੰਮ। ਧਾਲੀਵਾਲ ਸਾਹਿਬ ਮੈਨੂੰ ਕਹਿੰਦੇ ਸੀਗੇ, ਨਰੂਲਾ ਸਾਹਿਬ ਵੀ ਮੈਂ ਗੁੜੀਆ ਨੂੰ ਤੇਰੇ ਤੋਂ ਗੀਤ ਗਾਉਣੇ ਆ, ਪਰ ਮੁੜ ਕੇ ਉਹ ਗੁਜ਼ਰ ਗਿਆ, ਮੈਂ ਉਹਨੂੰ ਮਿਲ ਨਹੀਂ ਸਕਿਆ। ਅੱਛਾ, ਉਹਨਾਂ ਨਾਲ ਸੰਪਰਕ ਨਹੀਂ ਹੋਇਆ ਤੁਹਾਡਾ? ਮੁੜ ਕੇ ਮਿਲੇ ਵੀ ਉਹਦਾ। ਅੱਛਾ, ਤੁਸੀਂ ਜਸਪਿੰਦਰ ਨਰੂਲਾ ਜੀ ਬਹੁਤ ਅੱਛੇ ਸਿੰਗਰ ਵੀ ਨੇ, ਹੁਣ ਉਹ ਵਿਦਵਾਨ ਵੀ ਨੇ ਜੀ ਸੰਗੀਤ ਦੇ, ਤੁਸੀਂ ਉਹਨਾਂ ਨੂੰ ਕੁਛ ਕਹਿਣਾ ਚਾਹੋਗੇ? ਮੈਂ ਉਹਨੂੰ ਯਾਦ ਕਰਦਾ ਰਹਿਣਾ, ਮੈਨੂੰ ਕੋਈ ਨੰਬਰ ਨਹੀਂ ਸੀ ਉਹਨਾਂ ਦਾ। ਅੱਛਾ ਜੀ, ਜੇ ਤੁਹਾਡੇ ਕੋਲ ਕੁਛ ਤੁਸੀਂ ਕਹਿਣਾ ਚਾਹੋਗੇ ਜਸਵਿੰਦਰ ਨਰੂਲਾ ਜੀ ਨੂੰ, ਸਿੱਧਾ ਕਹੋ ਜੀ ਕੁਛ ਵੀ, ਜਿਹੜਾ ਵੀ ਕੁਛ ਕਹਿਣਾ। ਮੈਂ ਉਹਨਾਂ ਨੂੰ ਇਹੀ ਕਹਿਣਾ ਵੀ ਮੈਂ ਤੁਹਾਡੇ ਘਰ ਰਹਿੰਦਾ ਵੀ ਰਿਹਾ, ਗਾਉਂਦਾ ਵੀ ਰਿਹਾ, ਅਤੇ ਰਿਕਾਰਡਿੰਗ ਨਰੂਲਾ ਸਾਹਿਬ ਨੇ ਕੀਤੀ, ਅਤੇ ਤੁਹਾਡੀ ਆਵਾਜ਼ ਦੇ ਬਾਰੇ ਮੈਨੂੰ ਪਤਾ ਲੱਗਿਆ, ਕਹਿੰਦੇ ਬਹੁਤ ਜ਼ਿਆਦਾ ਅੱਛਾ ਗਾਉਂਦੇ ਆ। ਮੇਰਾ ਜੀ ਕਰਦਾ ਕਿ ਮੈਂ ਹੁਣ ਵੀ ਆਪਣਾ ਗੀਤ ਤੁਹਾਨੂੰ ਦੇ ਸਕਾਂ। ਸੋ ਅਸੀਂ ਬੇਨਤੀ ਕਰਦੇ ਹਾਂ ਭੈਣ ਜਸਵਿੰਦਰ ਨਰੂਲਾ ਜੀ ਹੋਰਾਂ ਨੂੰ ਕਿ ਵੀ ਉਹ ਜ਼ਰੂਰ ਸੰਪਰਕ ਕਰਨ ਜੀ, ਕਿਉਂਕਿ ਇਹਨਾਂ ਨੇ ਬਹੁਤ ਸਾਰਾ ਕੰਮ ਤੁਹਾਡੇ ਮਾਤਾ ਅਤੇ ਪਿਤਾ ਜੀ ਦੇ ਨਾਲ ਰਲ ਕੇ ਕੀਤਾ ਹੋਇਆ। ਉਹਨਾਂ ਦੇ ਘਰ ਵੀ ਰਿਹਾ, ਰੋਟੀ ਉਹਨਾਂ ਦੇ ਘਰ ਆਉਂਦੀ ਸੀ, ਮੈਂ ਨਰੂਲਾ ਸਾਹਿਬ ਮੈਨੂੰ ਇੰਨਾ ਪਿਆਰ ਕਰਦੇ ਸੀਗੇ, ਆਪਣੇ ਨਾਲ ਰੋਟੀ ਖਵਾਉਂਦੇ ਸੀਗੇ ਉਹਨਾਂ ਦੀ ਕੌੜੀ ਦੇ ਵਿੱਚ ਬਹਿ ਕੇ, ਇੰਨਾ ਪਿਆਰ। ਜਾਣੀ ਉਦੋਂ ਸਨੇਹ ਜ਼ਿਆਦਾ ਸੀ, ਪ੍ਰੇਮ ਜ਼ਿਆਦਾ ਸੀ, ਉਹਦੇ ਘਰ ਰਿਹਾ ਮੈਂ। ਅੱਛਾ ਜੀ, ਜਦੋਂ ਫਿਰ ਤੁਸੀਂ ਗੀਤਕਾਰੀ ਵਿੱਚ ਥੋੜ੍ਹਾ ਨਾਂ ਹੋ ਗਿਆ, ਤੁਸੀਂ ਇਸ ਗੱਲ ਨੂੰ ਮੰਨਦੇ ਹੋ ਫਿਰ ਤੁਹਾਨੂੰ ਗਾਉਣ ਦਾ ਵੀ ਚਸਕਾ ਪੈ ਗਿਆ ਵੀ ਮੈਂ ਸਿੰਗਰ ਬਣ ਜਾ? ਹਾਂਜੀ ਜਾਂ ਤੁਸੀਂ ਇੰਨੇ ਵਧੀਆ ਬੰਦਿਆਂ ਕੋਲ ਰਹੇ, ਤੁਸੀਂ ਅੱਜ ਇਹ ਮਹਿਸੂਸ ਕਰਦੇ ਹੋ ਕਿ ਵੀ ਤੁਸੀਂ ਸੰਗੀਤ ਦੀ ਚੰਗੀ ਤਰ੍ਹਾਂ ਜੇ ਕਿਤੇ ਤਾਲੀਮ ਲੈਂਦੇ ਤਾਂ ਥੋੜ੍ਹਾ ਗਾਇਕੀ ਵਿੱਚ ਵੀ ਬਹੁਤ ਵੱਡਾ ਨਾਂ ਹੁੰਦਾ ਜਿੰਨਾ ਕਿ ਗੀਤਕਾਰੀ 'ਚ ਸੀ? ਠੀਕ ਹੈ ਜੀ, ਬਸ ਰਿਹਾ ਵੀ ਹੈ, ਅਤੇ ਚਲੋ ਗੀਤਕਾਰੀ 'ਚ ਵੀ ਜ਼ਿਆਦਾ ਹੈ, ਗੀਤਕਾਰੀ 'ਚ ਜ਼ਿਆਦਾ ਰਿਹਾ ਜ਼ਿਆਦਾ ਹੈ, ਅਤੇ ਉੱਧਰ ਵੀ ਠੀਕ ਹੀ ਹੈ, ਉਹ ਮੇਰੀ ਰਿਕਾਰਡਿੰਗ ਆਪਣੀ ਆਵਾਜ਼ ਵੀ ਹੋਈ ਹੈ, ਵਧੀਆ ਹੋਈ ਹੈ। ਪਰ ਜੇ ਕਿਤੇ ਜਿਵੇਂ ਉਸਤਾਦ ਜਸਵੰਤ ਸਿੰਘ ਭੰਬਰਾ ਸਾਹਿਬ ਜੀ, ਜੇ ਕਿਤੇ ਤੁਸੀਂ ਉਹਨਾਂ ਕੋਲ ਵਿਧੀ ਪੂਰਵਕ ਕੁਛ ਸਿੱਖ ਵੀ ਲੈਂਦੇ ਤਾਂ ਮੇਰੇ ਖਿਆਲ ਤੁਸੀਂ ਹੋਰ ਨਹੀਂ ਸੀ ਵਧੀਆ ਗਾਇਕੀ ਹੋ ਜਾਂਦੀ? ਕੋਈ ਗਾਇਕੀ ਕੀਤੀ ਹੈ, ਮੈਂ ਭੰਬਰਾ ਸਾਹਿਬ ਦੇ ਕੋਲ ਗਾਉਂਦਾ ਵੀ ਰਿਹਾ ਉਹਦੇ ਸਟੇਜਾਂ ਉੱਤੇ, ਨਾ ਸੰਦੇਸ਼ ਕਪੂਰ ਜਿਹਨਾਂ ਨੇ, ਸੰਦੇਸ਼ ਕਪੂਰ ਉਹਦੇ ਹਾਣੇ ਆ, ਉਹਨਾਂ ਨੇ ਮੇਰੇ ਗੀਤਾਂ ਨੂੰ ਗਾਇਆ। ਹੌਲੀ ਜਿਹੀ ਦੱਸ ਇੱਕ ਵਾਰ ਨੀ ਵਿਚੋਲ ਨੇ ਘਰ ਵਾਲੀ ਕਿਹੋ ਜਿਹੀ ਨਾਰ ਨੀ ਵਿਚੋਲ ਨੇ ਉਹ ਮਿੱਤਰਾਂ ਨੇ ਕਲਿਆ ਤਰਕ ਨੀ ਚੁੱਪ ਕਰਕੇ ਚੜ ਜਾ ਨਾ ਕਰਦੀ ਗੰਦੀ ਮੈਨੂੰ ਪਾਉਗਾ ਮੈਂ ਉਹ ਮਿੱਤਰਾਂ ਨੇ ਕਲਿਆ ਤਰਕ ਨੀ ਚੁੱਪ ਕਰਕੇ। ਅੱਛਾ ਜੀ, ਇੱਕ ਮੈਂ ਤੁਹਾਨੂੰ ਹੋਰ ਗੱਲ ਪੁੱਛਣੀ ਸੀ ਪਰਵਾਨਾ ਜੀ, ਅੱਜ ਨਾ ਜੀ ਜੇ ਆਪਾਂ ਕਿਸੇ ਦੀ ਜਾਤੀ ਦੇ ਉੱਤੇ ਜਾਂ ਕਿਸੇ ਦੇ ਉੱਤੇ ਮਾੜਾ ਮੋਟਾ ਕਿੰਤੂ ਪਰੰਤੂ ਕਰ ਦਈਏ ਤਾਂ 295 ਲਾ ਕੇ ਸਿੱਧਾ ਜੇਲ੍ਹ ਭੇਜਦੇ ਨੇ, ਜਮਾਨਤ ਹੁੰਦੀ ਆ ਜੀ ਉੱਥੋਂ ਆਪਣੇ ਜੱਜ ਦਿਓ ਜੀ। ਤੁਸੀਂ ਤੁਹਾਡਾ ਇੱਕ ਗੀਤ ਸੀਗਾ ਜੀ ਨਾਈਆ ਵੇ ਨਾਈਆ, ਹੈ ਨਾ? ਮੈਂ ਗੀਤ ਮੰਗੀਆਂ ਤਾਂ ਕਿਹੋ ਜਿਹਾ ਮੇਰਾ, ਕਿਹੋ ਜਿਹਾ ਮੇਰਾ ਮਾਈ ਆ ਜੀ, ਤੇ ਜੇ ਅੱਜ ਅੱਜ ਲਿਖਣਾ ਹੋਵੇ ਤਾਂ ਅੱਜ ਤਾਂ ਨਾਈ ਭਾਈਚਾਰਾ ਜੀ ਤੁਹਾਨੂੰ ਅੰਦਰ ਕਰਾ ਦੂਗਾ ਜੀ, ਜਮਾਨਤ ਨਹੀਂ ਹੋਣੀ, ਹੁਣ ਸਮਾਂ ਹੈ ਹੀ ਨਹੀਂ, ਹੈ ਨਾ? ਹੁਣ ਸਮਾਂ ਹੀ ਹੈ ਨਹੀਂ, ਹੁਣ ਤਾਂ ਸਿੱਧੇ ਹੀ ਹੋ ਜਾਂਦੇ ਆ। ਅਤੇ ਉਹ ਯਾਨੀ ਕਿ ਜਿਹੜੇ ਗਾਣੇ ਸੀ ਉਦੋਂ ਫਿਰ ਜਦੋਂ ਇਹ ਜਾਤੀ ਅਧਾਰਤ ਮੈਂ ਕੋਈ ਸੂਚਕ ਸ਼ਬਦ ਲੈ ਲੈਂਦੇ ਸੀ, ਹੈ ਨਾ ਜੀ? ਹਾਂਜੀ ਹਾਂਜੀ, ਤਾਂ ਉਹ ਲੋਕੀ ਇਤਰਾਜ ਨਹੀਂ ਸੀ ਕਰਦੇ, ਉਹ ਸਮਝਦੇ ਸੀ ਵੀ ਇਹ ਮਨੋਰੰਜਨ ਵਾਸਤੇ ਗਾਣਾ ਬਣਿਆ, ਹੈ ਨਾ? ਉਹ ਇਤਰਾਜ ਨਹੀਂ ਸੀ ਕਰਦੇ, ਪਰ ਅੱਜ ਤਾਂ ਤੁਸੀਂ ਕਿਸੇ ਬਾਰੇ ਕਹਿ ਦਿਓ ਬਈ ਸਿਰਫ ਇੱਕ ਜੱਟ ਭਾਈਚਾਰੇ ਨੂੰ ਛੱਡ ਕੇ, ਉਹ ਕਿ ਇੱਕ ਨੇ ਗਾਤਾ ਗਾਣਾ ਜੀ ਵੀ ਬਾਹਮਣੀ ਗਲਾਸ ਵਰਗੀ, ਉਹਨਾਂ ਨੇ ਉਹਦੀ ਅੰਦਰ ਕਰਾਤਾ ਜੀ ਬੰਦਾ, ਫਿਰ ਵਿਚਾਰਾ ਮਸਾਂ ਹੀ ਛੁੱਟਿਆ ਜੀ। ਅਤੇ ਉਹ ਫਿਰ ਉਸ ਸਮੇਂ ਦੇ ਉੱਤੇ ਜੇ ਇਸ ਤਰ੍ਹਾਂ ਕੋਈ ਜਾਤੀ ਅਧਾਰਤ ਆਪਾਂ ਸ਼ਬਦ ਬੋਲ ਦਿੰਦੇ ਸੀ ਤਾਂ ਯਾਨੀ ਕਿ ਕੋਈ ਆਦਮੀ ਇਤਰਾਜ਼ ਨਹੀਂ ਸੀ ਕਰਦਾ। ਉਹ ਸਮਾਂ ਖੁੱਲ੍ਹਾ ਸੀਗਾ, ਖੁੱਲ੍ਹਾ ਸੀ, ਪਰ ਹੁਣ ਬਹੁਤ ਚੱਲੇ ਆ, ਵਿਆਹ ਸ਼ਾਦੀਆਂ ਵੀ, ਮੇਲੇ ਵੀ ਲਾਏ, ਅਤੇ ਕੀਰਤਨ ਵੀ ਕੀਤਾ ਮੈਂ, ਕੀਰਤਨ ਕੀਤਾ ਮੈਂ ਸਿੱਧੇ। ਅੱਛਾ ਜੀ, ਇੱਕ ਉਸਤਾਦ ਜੀ ਹੁੰਦੇ ਸੀਗੇ ਗਾਇਕ ਅਵਤਾਰ ਸਿੰਘ ਦੀ ਸ਼ੌਕੀਨ ਜੱਟ, ਹਾਂ ਹਾਂ ਠੀਕ ਆ, ਉਹਨਾਂ ਬਾਰੇ ਕੋਈ ਗੱਲ ਤੁਹਾਨੂੰ ਯਾਦ ਆ? ਉਹ ਮੇਰੇ ਸੁਨਿਆਰ ਭਾਈ ਸੀਗੇ। ਅੱਛਾ ਜੀ, ਉਹ ਸ਼ੌਕੀਨ ਜੱਟ ਮੇਰਾ ਸੁਨਿਆਰ ਭਾਈ ਸੀ, ਠੀਕ ਆ ਜੀ, ਉਹਦਾ ਸ਼ਿਕਾਇਤ ਵਧੀਆ ਜੱਟ ਸੀ, ਉਹ ਮੇਰੇ ਨਾਲ ਜਾਂਦਾ ਰਿਹਾ ਸਟੇਜਾਂ ਉੱਤੇ, ਠੀਕ ਆ ਜੀ। ਇਸ ਤੋਂ ਬਿਨਾਂ ਧਾਲੀਵਾਲ ਸਾਹਿਬ
एक तुहानू होर गल गल सुनाउणे आ, हासे वाली गल आ जी। वह कहिंदा जी जिहड़ा बंदा सुनियार हुंदा जी, बई ये तो जे अपने परिवार का मैंबर कोई गहना लै जाए भी वो चो भी सोना ला लें, तेरे सच्ची गल है कि झूठ जी? धालीवाल साहब जिंदगी मैं आप इसनू टच भी नहीं किया। मेरा बाप वो हकीम भी सीगा, उस उन्हें पहारा भी किया, उन्हें हकीमी बहुत ज़्यादा की है। अच्छा जी, जो ज्ञानी अवतार सिंह शकीन जट सके जी, वो मेरे उस्ताद जी भी सके जी, उन्होंने ही मैं सीखा जी। ओहो, अच्छा। वो पहले उस्ताद सी तुम मैं अज दसा ना भी वह सुनियारे भाईचारे सी, वह पहले से भी मैं उन्होंने फीस नहीं सी दिता, उन्होंने बकरी चार लिया, दो परौंठे मंगाते होंगे, एक परौंठा वो आप खाते, दूजा परौंठा मैंने देंदे, 6 रुपये का परौंठा होंदा सी। अच्छा, अवतार सिंह शकीन जट जाने उन्होंने अपने पल्लों खवा खवा के मैंने सिखाया जी। लोग कहते ना भी उस्ताद चंगे नहीं है, भी चंगे उस्तादों की घाट आ, बी मेरे को उस्ताद बहुत चंगे नहीं चंगे से, पर मैं नहीं सी चंगा, जे कि मैं थोड़ा जहा चंगा हों मैं विद्या बड़ी पढ़ लैनी सी, बड़े 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 बड़ी विद्या सीख लैनी सी। तो अज की खुशी खुशी यह है कि तुम धालीवाल साहब पहुँचे, बहुत वही मेरे पर रहमत है, मैं बहुत वाडा हौसला है। दूजा मैं दसना चाहना भी मेरे को दैतवाड़ी के पिंड बिल्ला दैतवाड़ी बैठे है, वो पिछले पासे बैठे है, फोटो बिच नहीं आई, बिल्ला दैतवाड़ी है जी, वो ये मैं बहुत देर तो मिलते रहे मेलिया उत्ते, हुण वह गाँवे है, मैं कितने नहीं जाता इंटरव्यू के बच्चे गा लैंना, हाजरी भर लैंना। अच्छा जी, एक मैं होर गल दसो, जदों जी आप बढ़ेते आ जाने है ना जी, हाँ जी, उम्र के उस दौर आ जाने, एक तो दौर हों भी अपना भी नानकों चलते जी, असं स्कूल छुट्टियां हो गई, बड़ा चा हों जी, फिर विह हो जाता, फिर अपन सहुरिया का चा हों जी, ठीक है, उदू बाद फिर यह हों भी हूँ जी भूआ की कुड़ी का विह आ गया, हूँ मामे के मुंडे का विह आ गया, कद घर वाली के मामे के विह विह नहीं मुकते जी, वो जो 60 क साल का बंदा हो जाता जी, 70 क साल के नेड़े, फिर जी ये हों भी हूँ फलाना गुजर गया जी, हूँ ढमकाना गुजर गया, जिंदगी तो हूँ जिस तुम उम्र इन्नी वधिया गुजारी आ 83-84 साल, हूँ जोड़े थोड़े संगे साथी से बस अड्डे से किसी समय चढ़ाई होंगी सी, है ना जी, हाँ जी, हाँ जी, सामने मेजा के उत्ते फटिया जो बैठ के तुम चाह भी पीते होंगे सी, है ना जी, मिनी महल होटल दे मेरा दफ्तर सी जी, ते की थोनू ए जो इस पौ इस उम्र के पड़ाव मनुख आ जाता जी, फिर यह लगता कि भी जिंदगी यार गवाया ही आप भी बड़ा कुछ चलिया गया, हाथों चुकर गया, पछतावा करने का कोई फायदा नहीं, आया भी बहुत गया भी बहुत, हूँ हाँ एक मैं दसना चाहना, अज मैं फिर भुल जाना है, बंबे वाली सरकार एक गई जी, मैं हर महीने कुछ सेवा भेजते हैं, वो है बाऊ चोपड़ा जी, बंबे वाली सरकार के बड़ो जी एस बड़ौंदी तुम्बी मेकर सभ्याचार के सेवादार, वो मैं महीने मगरों जो भी देख जाते पहुँचते हैं, होर भी जी मेरी इंटरव्यू जाती है, या एक अमरीका वाले है वो बेचारे उन्होंने माता गुजरी इस टाइम बैठी है हस्पताल च, उन्हें राजी रहन, तो इस तरह जब मैं इंटरव्यू जब गाँव जब मैं गीत दसदा तो जे मेरे रैम खाते तस खाते है वो मेरे को पहुँच के मैं दे जाते हैं। अच्छा, नहीं नहीं वो करके मैं इन्हों की सेवा भी कर सकता, बच्चों की मेरा टाइम ये रहम नहीं होंगे, ये जिन्होंने थोड़े गीत सुने जी, जिमें हम मैं कह दिना जी मैं नहीं मानता जी बई मैं थोड़े को कुछ लिया जी, हकीकत यह आ कि पहले जोड़े गीत पे ने मेरे कन्ना च संगीत दे, गीत जो कन्ना च पेंदे ने तो उतो संगीत की ललक लगी, है ना जी, मुढ़ तो उही आ ना जी, ये कहना कि जी भी अपने तो रहम नहीं कोई भी करता जी, उन्होंने संगीत चंगा लग्या, गीत चंगा लग्या, ना जी प्रेम होंगे एक अंदरूनी प्रेम होंगे, एक तो सू अपने धियां पुत्रां माता पिता का प्रेम आ जी, एक वो प्रेम आ जिन्हां नाल साडा कोई बिंदी रिश्ता कोई नहीं है जी, परंतु वो साडे गीत संगीत करके साडे भैन भरा जां साडे बच्चे ने जां साडे माता पिता ने उन्हां नाल साडा एक संगीतक रिश्ता भी जुड़िया होंदा, हाँ जी हाँ जी, है ना जी, उन्हां इंटरव्यू नूं सुन के वो रहम खांदे जां किस तरह की हुक्म है जां उहदा मैनूं उहो जो हो सकदा भेज दिंदे आ, उहदे नाल मैं इन्हां दी जिथे रहना सेवा ते अपने जिहड़ी लोड़ां उह पूरियां हुंदियां ने, मैं होर किते नहीं गया, विहड़े विच उदों निकल के मैं एक दो विहड़े गड़दा उस तों बाद मैं थक जांदा। अच्छा की थोड़े हुण जिथे तुसीं रहिंदे हो मेहंदीपुर विखे, इत्थे दे जिहड़े लोक ने इन्हां नूं पता कि भी एक बहुत वड्डा गीतकार साडे पिंड रहिंदा जी? पहला नहीं पता, हुण बहुत कई, हाँ बलवीर सिंह दे सामने बैठे आ, ठीक है,
ਮਰਵੀਰ ਸਿੰਘ ਸਾਹਮਣੇ ਬੈਠੇ ਹੈ, ਇੱਧਰ ਮੇਰੀ ਕੁੜੀ ਲਵਲੀ ਬੈਠੀ ਹੈ। ਹੁਣ ਵਿਹੜੇ ਵਿੱਚ ਇੰਟਰਵਿਊਆਂ ਹੋਈਆਂ, ਅੱਜ ਤੁਸੀਂ ਕਰ ਰਹੇ ਹੋ, ਅਤੇ ਉੱਦਾਂ ਵੀ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਬਲਵੀਰ ਸਿੰਘ ਦਾ ਸਹੁਰਾ ਉਹ ਪੁਰਾਣਾ ਗੀਤਕਾਰ ਹੁੰਦਾ ਸੀ ਜਾਂ ਗਾਉਂਦਾ ਰਿਹਾ ਜਾਂ ਕੋਈ ਨਹੀਂ। ਗੀਤ ਜੀ ਪੁਰਾਣੇ ਨਹੀਂ ਹੁੰਦੇ, ਹੁਣ ਸਾਡੇ ਵਹਿੰਦਿਆਂ ਵਹਿੰਦਿਆਂ ਤਾਂ ਬਹੁਤ ਕੁਛ ਬਦਲ ਗਿਆ ਜੀ, ਤੁਹਾਡੇ ਵਹਿੰਦਿਆਂ ਵਹਿੰਦਿਆਂ ਤਾਂ ਦੁਨੀਆਂ ਹੀ ਬਦਲ ਗਈ ਨਾ ਜੀ। ਬਦਲ ਗਈ ਬਹੁਤ ਗਈ ਦੁਨੀਆਂ, ਬਹੁਤ ਵਧੀ ਬਹੁਤ ਗਈ, ਕਿਉਂਕਿ ਜਿਵੇਂ ਰਿਕਾਰਡ ਖਤਮ ਹੋ ਗਏ ਜੀ ਉਹ ਪੱਥਰ ਵਾਲੇ ਜਾਂ ਦੂਜੇ ਪਲਾਸਟਿਕ ਵਾਲੇ ਜੀ। ਹਾਂਜੀ ਹਾਂਜੀ, ਐਂ ਲੱਗਦਾ ਸੀ ਵੀ ਖਨੀ ਇਹ ਖਤਮ ਹੋ ਜਾਣਗੇ, ਉਹ ਤਾਂ ਨੈੱਟ 'ਤੇ ਪਏ ਨੇ ਜੀ, ਐਂ ਧੜਾ ਧੜ ਸੁਣਦੇ ਨੇ ਵੈਸਟਰਨ ਮਿਊਜ਼ਿਕ ਨਾ, ਉਹਦੇ ਪਤਾ ਨਹੀਂ ਕਿਹੜੇ ਕਿਹੜੇ ਪੈਡ ਬਣਾ ਕੇ ਗਾਣੇ ਦੁਆਰੇ ਰਿਕਾਰਡ ਹੋ ਰਹੇ ਨੇ। ਧੰਨਵਾਦ ਸੀ, ਨੈੱਟ ਦੇ ਉੱਤੇ ਇੰਨਾ ਮੈਟਰ ਹੈ, ਮੇਰੇ ਹੁਣ ਵੀ ਗੀਤ ਬਹੁਤ ਜ਼ਿਆਦਾ ਨੇ, ਅਤੇ ਆਪਣੀ ਆਵਾਜ਼ ਵਿੱਚ ਕੁੱਤੇ ਵਾਲੀ ਕੰਪਨੀ ਵਿੱਚ ਤਵੇ ਭਰਾਉਣ ਚੱਲੀਆਂ, ਨਾਲ ਨਾਲ ਮਿਸ ਮੰਜੂ ਮੇਰੀ ਆਪਣੀ ਆਵਾਜ਼ ਹੈ। ਚਮਕੀਲੇ ਦੇ ਮੇਲੇ 'ਤੇ ਮੈਂ ਨੱਚਿਆ, ਚਮਕੀਲੇ ਦੇ ਮੇਲੇ ਦੀ 3 ਸਾਲ ਦੀ ਮੇਰੀ ਫੋਟੋ ਤੁਸੀਂ ਨੱਚਦੇ ਹੀ ਦੇਖ ਸਕਦੇ ਹੋ, ਪਰ ਹੁਣ ਨੱਚਣਾ ਤਾਂ ਕੀ ਹੈ, ਮੈਂ ਤਾਂ ਹੁਣ ਵਿਹੜੇ 'ਚ ਤੁਰ ਨਹੀਂ ਆਉਂਦਾ। ਅੱਛਾ ਜੀ, ਇੱਕ ਸੱਚ, ਤੁਹਾਨੂੰ ਨੱਚਣ 'ਤੇ ਮੈਨੂੰ ਆਈ, ਨੱਚਣਾ ਤੁਹਾਨੂੰ ਬਹੁਤ ਪਸੰਦ ਸੀ ਹੈ ਨਾ? ਬਹੁਤ ਜ਼ਿਆਦਾ। ਪਰ ਤੁਸੀਂ ਵਿਧੀ ਪੂਰਵਕ ਫਿਰ ਭੰਗੜਾ ਵਗੈਰਾ ਜਾਂ ਹੋਰ ਨਾਚ ਸਿੱਖਿਆ ਕਿਉਂ ਨਹੀਂ? ਹਾਂਜੀ, ਰਲੇ ਮਿਲੇ ਸੀਗਾ ਉਦੋਂ, ਕੀ ਜਾਂ ਉਦੋਂ ਇੰਨਾ ਦੌਰ ਹੀ ਨਹੀਂ ਸੀ, ਜਾਂ ਇਹ ਸੀਗਾ ਵੀ ਆਪਣਾ ਚੱਲਦਾ ਜੀ, ਬਸ ਠੀਕ ਆ ਜੀ। ਉਦੋਂ ਚੱਲਦਾ ਸੀ, ਚੱਲਦਾ ਸੀ ਨਾ, ਮੇਲਿਆਂ ਦਾ ਨੱਚਿਆ, ਲੋਕ ਨੱਚਦੇ ਥੋੜ੍ਹੇ ਸੀ ਨਾ, ਗਾਉਣ ਵਾਲੇ ਵੀ ਥੋੜ੍ਹੇ ਸੀ, ਜਿੰਨਾ ਮੈਂ ਨੱਚਦਾ ਸੀ ਉਨਾ ਕੋਈ ਨਹੀਂ ਨੱਚਿਆ। ਮੈਂ 5, 10, 15 ਜੰਪ ਬਿਨਾਂ ਨੌਨ ਸਟੈਪ ਮਾਰਦਾ ਸੀਗਾ, ਅੱਜ ਮੇਰੇ ਤੋਂ ਵਿਹੜੇ 'ਚ ਤੁਰ ਕੇ ਬਾਥਰੂਮ ਤੋਂ ਵੱਧ ਨਹੀਂ ਖੜ, ਮੈਂ ਵਿਹੜੇ 'ਚ 1-2 ਗੇੜੇ ਗੜ ਕੇ ਥੱਕ ਜਾਂਦਾ। ਨਹੀਂ ਉਹ ਫਿਰ ਉਮਰ ਦੇ ਹਿਸਾਬ ਨਾਲ ਤਾਂ ਹੋ ਜਾਂਦਾ ਨਾ। ਜਵਾਈ ਜਿਹੜੇ ਤੁਹਾਡੇ ਨੇ ਸਰਦਾਰ ਬਲਵੀਰ ਸਿੰਘ ਜੀ, ਇਹਨਾਂ ਤੋਂ ਖੁਸ਼ ਹੋ, ਇਹਨਾਂ ਦੀ ਸੇਵਾ ਤੋਂ ਖੁਸ਼ ਹੋ ਜੀ? ਇਹਨਾਂ ਦੀ ਸੇਵਾ, ਇਹ ਵਿਚਾਰੇ, ਯਾਨੀ ਮੈਂ ਅੱਗੇ ਉਹਨਾਂ ਨੂੰ ਸਵੇਰ ਠਾਲਦਾ ਸੀ, ਹੁਣ ਪਹਿਲਾਂ ਨਾਲੋਂ ਮੈਂ ਜਦ ਮੈਂ ਉੱਥੇ ਦਰਦਾਰ ਸੰਧੂ ਦੇ ਮੈਂ ਗਿਆ, ਉੱਥੇ ਮੇਰੇ ਤੋਂ ਮੈਂ ਖੜਿਆ ਡਿੱਗ ਪਿਆ ਸੀਗਾ, ਬਿੱਲਾ ਦੈਤ ਵਾਲੀਆਂ ਨੇ ਦੇਖਿਆ ਮੈਨੂੰ, ਉਹਨਾਂ ਨੇ ਚੱਕਿਆ, ਪ੍ਰਬੰਧਕਾਂ ਨੇ ਨਾਲੇ ਮਾਣ ਵੀ ਕੀਤਾ ਬਹੁਤ ਜ਼ਿਆਦਾ। ਹੁਣ ਇਸ ਟਾਈਮ ਮੈਂ ਉੱਠ ਕੇ ਆਪੇ ਹੀ ਜਾਇਆ ਉਹਨਾਂ ਵਿਹੜੇ ਅੱਗੇ ਨੂੰ, ਮੈਂ ਕੁਛ ਠੀਕ ਹਾਂ ਉਹਨਾਂ ਦੀ। ਜਿਹੜੇ ਹੁਣ ਨਵੇਂ ਗੀਤਕਾਰੀ ਆਪਣੇ ਆਈ ਆ ਜੀ, ਜੇ ਇਹਦਾ ਚਲੋ ਸਾਹਿਤਕ ਤੌਰ ਦੇ ਉੱਤੇ ਤਾਂ ਕੋਈ ਸਿਰ ਪੈਰ ਨਜ਼ਰ ਨਹੀਂ ਆਉਂਦਾ, ਪਰੰਤੂ ਉਹ ਪੂਰੀ ਦੁਨੀਆ ਵਿੱਚ ਬੜੀ ਮਸ਼ਹੂਰ ਹੋ ਗਈ, ਅਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਗੀਤ ਵਿੱਚ ਇੱਕ ਕਹਾਣੀ ਹੋਣੀ ਚਾਹੀਦੀ ਆ? ਗੀਤ ਵਿੱਚ ਕਹਾਣੀ ਵੀ ਹੋ ਜਾਏ, ਬਾਕੀ ਸੱਭਿਆਚਾਰਕ ਹੋ ਜਾਵੇ, ਬਹੁਤ ਬਹੁਤੇ ਖੁੱਲ੍ਹੇ।